ਤੇ ਆ ਜਿਹੜਾ ਤੁਸੀਂ ਪੰਛੀ ਦੇਖ ਰਹੇ ਹੋ ਜੀ ਜੀ, ਇਹ ਪੰਛੀ ਦੀ ਪ੍ਰਜਾਤੀ ਹੈ ਜੀ, ਹਿਮਾਲੀਅਨ ਗ੍ਰਿਫਨ ਵਲਚਰ। ਅੱਛਾ, ਹਾਂਜੀ, ਠੀਕ ਹੈ। ਨਾਲ ਤੁਸੀਂ ਕਹਿੰਦੇ ਵੀ ਇਹ ਵਿੱਚ ਕਹਿੰਦੇ ਤਿੱਬਤ ਵੱਲੋਂ ਕਹਿੰਦੇ ਉੱਡ ਕੇ ਆਇਆ ਨਾ ਇਹ। ਇਹ ਜੀ ਤਿੱਬਤ ਤੇ ਹਿਮਾਲਿਆ ਦੇ ਏਰੀਏ 'ਚ ਹੁਣ ਮਿਲਦਾ। ਪਹਿਲਾਂ ਇਹ ਆਪਣੇ ਪੰਜਾਬ, ਹਰਿਆਣੇ, ਰਾਜਸਥਾਨ, ਦਿੱਲੀ ਆਮ ਹੁੰਦੇ ਸੀ ਇਹ। ਆਮ ਹੁੰਦੇ ਸੀ, ਹਾਂ, ਹਜ਼ਾਰਾਂ ਦੀ ਗਿਣਤੀ ਹੋ ਚੁੱਕੇ ਆ ਆਪਣੇ ਏਰੀਏ 'ਚ। ਤਾਂ ਬਈ ਇਹਨੂੰ ਦੂਰੋਂ ਦੂਰੋਂ ਲੋਕ ਵੇਖਣ ਆ ਰਹੇ ਆ। ਅੱਜ ਇਹਨੂੰ 24 ਦਿਨ ਹੋ ਗਏ ਮੇਰੇ ਕੋਲ ਆਏ ਨੂੰ। ਅੱਛਾ, ਹਾਂਜੀ ਜੀ। ਇਹ ਤੁਹਾਨੂੰ ਮਿਲਿਆ ਕਿਵੇਂ ਸੀ, ਕਿਵੇਂ ਸਬੱਬ ਬਣਿਆ ਤੁਹਾਡੇ ਕੋਲ? ਇਹ ਅਸਲ 'ਚ ਮਿਲਿਆ ਸੀ ਜੀ, ਸ਼੍ਰੀ ਮੁਕਤਸਰ ਸਾਹਿਬ 'ਚ ਮੇਰਾ ਮਿੱਤਰ ਹੈ ਜਸਵਿੰਦਰ ਬਰਾੜ ਜੀ, ਉਹਨਾਂ ਨੂੰ ਇਹ ਮਿਲਿਆ ਸੀਗਾ। ਅਤੇ ਉਹਨਾਂ ਨੇ ਇਹ ਜਿਹੜਾ ਅਨਮੋਲ ਹੀਰਾ ਇਹ ਸਰਸੇ ਭੇਜਿਆ ਜੀ ਮੇਰੇ ਕੋਲ ਜੀ। ਹਾਂਜੀ ਜੀ। ਅਤੇ ਬਈ ਇੱਕੋ ਹੈ ਪੰਜਾਬ, ਹਰਿਆਣਾ ਦੇ ਇਹ ਇਲਾਕਿਆਂ ਦੇ ਵਿੱਚ ਸਿਰਫ ਇੱਕੋ ਹੈ, ਹੈ ਨਾ? ਹਾਂਜੀ ਹਾਂਜੀ, ਇੱਕ ਹੀ ਹੈ। ਹੋਰ ਪਾਸੇ ਕਿਤੇ ਨਹੀਂ ਤੁਹਾਨੂੰ ਮਿਲਣਾ। ਹੋ ਸਕਦਾ ਉੱਧਰ ਹਿਮਾਲਿਆਂ ਦੀਆਂ ਪਹਾੜੀਆਂ ਦੇ ਵਿੱਚ ਤੁਹਾਨੂੰ ਮਿਲ ਜੇ, ਇੱਧਰ ਸਿਰਫ ਇੱਕੋ ਹੀ ਮਿਲੂਗਾ। ਹਾਂਜੀ। ਇਹਦੇ ਉੱਡਣ ਦਾ ਕੀ ਹੁੰਦਾ ਹਿਸਾਬ ਕਿਤਾਬ, ਦੱਸਿਓ ਮਾੜਾ ਜਿਹਾ। ਇਹਦੇ ਉੱਡਣ ਦਾ ਜੀ ਜਿਹੜਾ, ਬਾਕੀ ਮੈਂ ਵੀਡੀਓ ਜਿਵੇਂ ਇਹਦੀ ਜਾਣਕਾਰੀ ਇਕੱਠੀ ਕੀਤੀ, ਇਹ ਪੰਛੀ ਮੇਰੇ ਕੋਲ ਆਇਆ। ਮੈਂ ਆਪਦੇ ਜਿਹੜੀ ਜ਼ਿੰਦਗੀ 'ਚ ਇਹ ਪਹਿਲੀ ਵਾਰੀ ਐਡਾ ਪੰਛੀ ਵੇਖਿਆ ਜੀ ਜੀ। ਅਤੇ ਉਸ ਤੋਂ ਬਾਅਦ ਮੈਂ ਇਹਦੀ ਜਿਵੇਂ ਜਾਣਕਾਰੀ ਇਕੱਠੀ ਕਰਨ ਲੱਗਿਆ, ਪਿੰਜੋਰ ਇਹਨਾਂ ਦਾ ਪ੍ਰਜਨਨ ਕੇਂਦਰ ਹੈ, ਉੱਥੋਂ ਦੇ ਐਕਸਪਰਟ ਹੈ ਜੀ, ਉਹਨਾਂ ਤੋਂ ਮੈਂ ਜਾਣਕਾਰੀ ਇਕੱਠੀ ਕੀਤੀ। ਇੱਥੇ ਜਿਹੜੇ ਆਪਣੇ ਵਨਿਆ ਵਿਭਾਗ ਦੇ ਜਿਹੜੇ ਅਧਿਕਾਰੀ ਹੈ ਜੀ, ਉੱਚ ਅਧਿਕਾਰੀ, ਉਹਨਾਂ ਤੋਂ ਇਹਦੀ ਜਾਣਕਾਰੀ ਲਈ। ਅਤੇ ਕੁਛ ਜਿਵੇਂ ਸੋਸ਼ਲ ਮੀਡੀਆ 'ਤੇ ਵੀਡੀਓ ਪੁਰਾਣੀਆਂ ਪਈਆਂ ਹੋਈਆਂ ਇਸ ਪੰਛੀ ਬਾਰੇ ਜੀ, ਅਤੇ ਉੱਥੋਂ ਆਪਾਂ ਜਾਣਕਾਰੀ ਇਕੱਠੀ ਕੀਤੀ। ਉਹਨਾਂ ਜਾਣਕਾਰੀਆਂ ਦੇ ਮੁਤਾਬਕ ਕਿਹਾ ਜਾਂਦਾ ਹੈ ਕਿ ਇਹ ਪੰਛੀ 37,000 ਫੁੱਟ ਦੀ ਉਚਾਈ ਤੱਕ ਉੱਡ ਸਕਦਾ। 37,000 ਫੁੱਟ ਦੀ ਉਚਾਈ ਤੱਕ ਉੱਡ ਸਕਦਾ ਬਾਈ, ਗੱਲ ਕਰ ਰਿਹਾ ਸੀ ਵੀ 18-19,000 ਫੁੱਟ ਤੱਕ ਤਾਂ ਇਹ ਆਲਣੇ ਪਏ ਹੋਏ ਹਨ ਬਾਈ। ਹਾਂਜੀ, ਇਹਦਾ ਜੋ ਮੰਨ ਲਓ 37,000 ਫੁੱਟ 'ਤੇ ਇਹ ਉੱਡਦਾ ਜੀ, ਮੈਨੂੰ ਜਿਹੜੇ ਪੰਛੀ ਵਿਸ਼ੇਸ਼ਗ ਉਹਨਾਂ ਨੇ ਫੋਨ ਕੀਤਾ ਵੀ ਤੁਸੀਂ ਗਲਤ ਜਾਣਕਾਰੀ ਦੇ ਰਹੇ ਹੋ ਲੋਕਾਂ ਨੂੰ ਜੀ ਜੀ, ਵੀ ਇਹ 37,000 ਫੁੱਟ 'ਤੇ ਨਹੀਂ ਉੱਡਦਾ ਕਿਉਂਕਿ ਉੱਥੇ ਆਕਸੀਜਨ ਨਹੀਂ ਹੁੰਦੀ ਜੀ। ਪਰ ਜਿਹੜਾ ਮੈਂ ਵਿਕੀਪੀਡੀਆ ਕੀਤਾ ਉਹਦੇ ਅਨੁਸਾਰ ਇਹ ਦੱਸ ਰਹੇ ਨੇ ਕਿ ਇਹ ਪੰਛੀ ਹੈ ਜੋ ਇਹ 18,000 ਫੁੱਟ 'ਤੇ ਅੱਛਾ ਆਪਦੇ ਆਲਣੇ ਪਾ ਕੇ ਅਤੇ ਉੱਥੇ ਪੰਛੀ ਬਰੀਡਿੰਗ ਕਰਦਾ। ਅੱਛਾ, 18,000 ਫੁੱਟ 'ਤੇ ਆਲਣੇ ਪਾ ਕੇ ਬਰੀਡਿੰਗ ਕਰਦਾ। ਆਪਾਂ ਦੇਖਦੇ ਹਾਂ ਗੋਲੇ ਕਬੂਤਰਾਂ ਆਲਣੇ ਆਮ ਹੁੰਦਾ, ਛੱਤਾਂ ਛੁੱਤਾਂ 'ਤੇ ਹੁੰਦੇ ਆ ਅਤੇ ਉੜਦੇ ਕਿੰਨੀ ਦੂਰ ਤੱਕ ਹੁੰਦੇ ਆ? ਹਾਂਜੀ, ਇੱਥੋਂ ਲਾ ਲਓ ਤੁਸੀਂ 18,000 ਫੁੱਟ ਤੱਕ ਤਾਂ ਇਹ ਆਲਣੇ ਪਾਉਂਦਾ ਅਤੇ ਉੜਦਾ ਕਿੰਨਾ ਹੋਊ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਘੱਟੋ ਘੱਟ 30-40,000 ਫੁੱਟ ਤੱਕ ਤਾਂ ਇਹਦੀ ਹੈਗੀ ਔਸਤ ਨਾ ਬਾਈ? ਹਾਂਜੀ ਹਾਂਜੀ, ਆਰਾਮ ਨਾਲ ਹੈ ਜੀ ਜੀ। ਇਹ ਬਾਈ ਹੁਣ ਜਿਵੇਂ ਤੁਹਾਡੇ ਕੋਲ ਫਿਰਦਾ, ਇਹ ਕੋਈ ਕਹਿੰਦਾ ਕੁੰਦਾ ਤਾਂ ਨਹੀਂ? ਦੇਖ ਲਓ ਤੁਹਾਡੇ ਸਾਹਮਣੇ ਹੁਣ ਇਹ ਵੀ ਜੰਗਲੀ ਪੰਛੀ ਆ ਜੀ, ਤੇ ਆਪਦਾ ਇਹ ਜਿਹੜਾ ਨੇਚਰ ਹੈ ਜੀ ਉਹ ਨਹੀਂ ਛੱਡ ਸਕਦਾ ਜੀ। ਪਰ ਫਿਰ ਵੀ ਜੇ ਆਪਾਂ ਦੇਖੀਏ ਵੀ ਇਹ ਪੰਛੀ ਇੰਨਾ ਕੁ ਜ਼ਿਆਦਾ ਸਮਝਦਾਰ ਹੈ ਵੀ ਜੇਕਰ ਮੈਂ ਇਹਨੂੰ ਜਿਵੇਂ ਬੁਲਾਉਣਾ ਆਪਦੇ ਮਗਰ ਕੋਲੇ ਤਾਂ ਉਵੇਂ ਇਹ ਮੇਰੀਆਂ ਗੱਲਾਂ ਨੂੰ ਕੈਚ ਕਰਦਾ, ਸਮਝਦਾ ਜੀ, ਤੇ ਮੇਰੇ ਕੋਲੇ ਆਉਂਦਾ ਵੀ ਮੈਂ ਸੋਚਿਆ ਨਹੀਂ ਸੀ ਵੀ ਇੱਕ ਜੰਗਲੀ ਪੰਛੀ ਇੰਨਾ ਜ਼ਿਆਦਾ ਸਮਝਦਾਰ ਹੋ ਸਕਦਾ। ਕਿਉਂਕਿ ਜੇ ਮੇਰੇ ਕੋਲ ਇੱਥੇ ਲੱਗੇ ਕਬੂਤਰ ਰੱਖੇ ਹੋਏ ਹੈ ਜਾਂ ਤੋਤੇ ਜਾਂ ਹੋਰ ਪੰਛੀ ਹੈ ਜੀ, ਉਹ ਵੀ ਇੰਨੇ ਜ਼ਿਆਦਾ ਸਮਝਦਾਰ ਨਹੀਂ ਜਿਹੜੇ ਕਿ ਸ਼ੁਰੂ ਤੋਂ ਮੇਰੇ ਕੋਲ ਆ ਜੀ। ਤੇ ਇਹ ਪੰਛੀ ਤਾਂ ਨਾ ਮੇਰੇ ਕੋਲ ਬੱਚਾ ਆਇਆ, ਨਾ ਆਪਾਂ ਕਢਵਾਇਆ, ਨਾ ਕਦੇ ਮੈਂ ਉਹਦੀ ਜ਼ਿੰਦਗੀ 'ਚ ਵੇਖਿਆ ਜੀ। ਇਹ ਪੰਛੀ ਨਵਾਂ ਆਇਆ, ਫਿਰ ਵੀ ਇਸ ਪੰਛੀ ਨੇ ਮੇਰੇ 'ਤੇ ਇੰਨਾ ਜ਼ਿਆਦਾ ਵਿਸ਼ਵਾਸ ਬਣਾਇਆ ਜੀ। ਨਹੀਂ, ਇਹਦੇ ਵਾਸਤੇ ਮੇਰਾ ਹੱਥ ਜਾਂ ਮੇਰਾ ਪੈਰ ਕੁਛ ਵੀ ਨਹੀਂ, ਜਿਹੜੇ ਹਿਸਾਬ ਨਾਲ ਤੁਸੀਂ ਇਹਦੀ ਚੁੰਝ ਅਤੇ ਪੰਜਾਂ ਦੀ ਉਹ ਦੇਖ ਰਹੇ ਹੋ ਤਾਕਤ ਜੀ ਜੀ ਜੀ।